South Asian Media Group Y Media Hello everyone my name is Yudhishthir Sawal I'm the group editor at Y Media Y Media group kolon tode saareyan da channel vaade utte bahut bahut swagat hai bator go Peter Y Media main Yudhishthir Sawal twadi khidmat vich hazira aaj des program de vich current news aur oh de utte analysis la ke Hello everyone my name is Yudhishthir Sawal I'm the group editor at Y Media Y Media group kolon tode saareyan da channel vaade utte bahut bahut swagat hai bator go Peter Y Media main Yudhishthir Sawal twadi khidmat vich hazira Y Media political sensex ਜਦੋਂ ਜਦਾਂ ਇੰਡੀਆ ਦੇ ਵਿੱਚ ਇਲੈਕਸ਼ਨ ਦੇ ਦਿਨ ਕਰੀਬ ਆ ਰਹੇ ਨੇ ਉਸ ਤਰ੍ਹਾਂ ਹੀ ਸਾਡਾ ਜਿਹੜਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਹੈਗਾ ਉਹ ਲਗਾਤਾਰ ਤੁਹਾਨੂੰ ਦੱਸੇਗਾ ਕਿ ਅੱਜ ਕਿਹੜਾ ਅਲਾਈਅੰਸ ਅੱਗੇ ਚੱਲ ਰਿਹਾ ਹੈ ਕਿ ਆ ਬੀਜਪੀ ਜਾਂ ਐਨਡੀਏ ਅਲਾਈਅੰਸ ਅੱਗੇ ਚੱਲ ਰਿਹਾ ਹੈ ਜਾਂ ਫਿਰ ਓਪੋਜੀਸ਼ਨ ਅਲਾਈਅੰਸ ਅੱਗੇ ਚੱਲ ਰਿਹਾ ਹੈ ਸੋ ਅੱਜ ਇੱਕ ਵਾਰ ਫੇਰ ਅਸੀਂ ਤੁਹਾਨੂੰ ਦੱਸਾਂਗੇ ਕਿ ਕੌਣ ਅੱਗੇ ਚੱਲ ਰਿਹਾ ਹੈ ਹੂ ਇਜ਼ ਲੀਡਿੰਗ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਇਹਦੀ ਪੂਰੀ ਜਾਣਕਾਰੀ ਅਸੀਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਸੋ ਲਾਵਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਜਨਵਰੀ 2024 ਦੇ ਵਿੱਚ ਦੋ ਅਹਿਮ ਚੀਜ਼ਾਂ ਦੇ ਉੱਤੇ ਨਿਗਾਹ ਬਰਕਰਾਰ ਰਹੇਗੀ ਜਿੱਤੇ ਅਸੀਂ ਗੱਲ ਕਰੀਏ ਬੀਜੇਪੀ ਜਾਂ ਉਹਨਾਂ ਦੇ ਸਹਿਯੋਗੀ ਦਲ ਐਨਡੀਆ ਅਲਾਈਅንስ ਦੀ ਸੋ ਬੀਜੇਪੀ ਮੋਦੀ ਸਾਹਿਬ ਅਮਿਤ ਸ਼ਾਹ ਰਾਜਨਾਥ ਸਿੰਘ ਸਾਰੇ ਇਹਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਦੀ ਲਗਾਤਾਰ ਨਿਗਾਹ ਬਰਕਰਾਰ ਰਹੇਗੀ ਕਿ ਜੋ ਰਾਮ ਮੰਦਰ 22 ਤਰੀਕ ਨੂੰ ਉਹਦੀ ਇਨੌਗੁਰੇਸ਼ਨ ਹੋਣੀ ਹੈ ਸੋ ਇਹਨਾਂ ਦੀ ਨਿਗਾਹ ਉਸਤੇ ਬਰਕਰਾਰ ਰਹੇਗੀ ਰਾਮ ਮੰਦਰ ਦੀ ਗੱਲ ਹੋਏਗੀ ਕਿਆ ਉਹਦਾ ਕੋਈ ਫਾਇਦਾ ਬੀਜੇਪੀ ਨੂੰ ਮਿਲੇਗਾ ਨਹੀਂ ਮਿਲੇਗਾ ਕਾਂਗਰਸ ਪਾਰਟੀ ਨੂੰ ਇਨਵੀਟੇਸ਼ਨ ਜਾ ਚੁੱਕਾ ਹੈ ਕਾਂਗਰਸ ਪਾਰਟੀ ਦੀ ਕੀ ਰਣਨੀਤੀ ਹੋਏਗੀ ਕੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮਲਿਕਾ ਅਰਜਨ ਖਰਗੇ ਜੀ ਕੀ ਆ ਸੋਨੀਆ ਗਾਂਧੀ ਜੀ ਰਾਮ ਮੰਦਰ ਵਿੱਚ ਆਉਣਗੇ ਕੀ 22 ਤਰੀਕ ਨੂੰ ਬਾਕੀ ਹੋਰ ਕੌਣ ਕੌਣ ਆਏਗਾ ਇਹ ਅਹਿਮ ਸਵਾਲ ਬਰਕਰਾਰ ਹੈ ਬੀਜਪੀ ਦੀ ਕੀ ਰਣਨੀਤੀ ਇਸ ਤੇ ਉਤੇ ਚਰਚਾ ਕਰਾਂਗੇ ਆਪੋਜੀਸ਼ਨ ਅਲਾਈਅੰਸ ਵੱਲ ਰੁਕ ਕਰਾਂਗੇ ਇਸ ਮਹੀਨੇ 14 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਭਾਰਤ ਜੋੜੋ ਨ્યાય ਯਾਤਰਾ ਭਾਰਤ ਜੋੜੋ ਨ્યાય ਯਾਤਰਾ ਜਿਹੜੀ ਹੈਗੀ ਹੈ ਉਹਦੇ ਵਿੱਚ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਕਹਤ ਜ਼ਰੂਰ ਰਹੇ ਨੇ ਕਿ ਇਹ ਜਿਹੜੀ ਸਾਡੀ ਭਾਰਤ ਜੋੜੋ ਨਿਆ ਯਾਤਰਾ ਹੈਗੀ ਆ ਇਹ ਪੋਲਿਟੀਕਲ ਨਹੀਂ ਆ ਬਟ ਵੀ ਆਲ نو ਦੈ ਡੈਫੀਨਟਲੀ ਗੋਇੰ ਟੂ ਟੇਕ ਪੋਲਿਟੀਕਲ ਮਾਈਲੇਜ ਆਊਟ ਆਫ ਇਟ ਮਨੀਪੁਰ ਤੋਂ ਲੈ ਕੇ ਮੁੰਬਈ ਤੱਕ ਇਹ ਜਿਹੜੀ ਭਾਰਤ ਜੋੜੋ ਨਿਆ ਯਾਤਰਾ ਜਿਹੜੀ ਹੋ ਰਹੀ ਹੈ ਉਹਦੇ ਕੀ ਫਾਇਦੇ ਹੋਣਗੇ ਨੁਕਸਾਨ ਹੋਣਗੇ ਇਹਦੇ ਬਾਰੇ ਵੀ ਅੱਜ ਦੇ ਇਸ ਪ੍ਰੋਗਰਾਮ ਚ ਐਨਾਲਿਸਿਸ ਪੇਸ਼ ਕਰਾਂਗੇ ਔਰ ਪ੍ਰੋਗਰਾਮ ਦੇ ਵਿੱਚ ਡੈਫੀਨਟਲੀ ਤੁਹਾਨੂੰ ਸ਼ੇਅਰ ਕਰਾਂਗੇ ਕਿ ਅੱਜ ਅਸੀਂ ਕਿੱਥੇ ਦੇਖਦੇ ਆ ਹੂ ਇਜ਼ ਲੀਡਿੰਗ ਭਾਜਪਾ ਕਿੱਥੇ ਖੜੀ ਹੈ ਕਾਂਗਰਸ ਪਾਰਟੀ ਕਿੱਥੇ ਖੜੀ ਹੈ ਔਰ ਮੈਂ ਤੁਹਾਨੂੰ ਜ਼ਰੂਰ ਜ਼ਿਕਰ ਕਰਦਾ ਕਿ ਮੇਰਾ ਜਿਹੜਾ ਆਪਣਾ ਜ਼ਾਤੀ ਤੌਰ ਤੇ ਅਨਲਿਸਿਸ ਹੁੰਦਾ ਹੈ ਵਾਈ ਮੀਡੀਆ politcal ਸੈਂਸੈਕਸ ਉਹ ਬਹੁਤ ਸਾਰੇ ਇਨਪੁਟਸ ਤੋਂ ਬਾਅਦ ਅਸੀਂ ਇਹ ਕਰਦੇ ਹਾਂ ਜੋ ਕੁਝ ਪਿਛਲੇ ਹਫਤੇ 10 ਦਿਨ ਦੇ ਵਿੱਚ ਕਿਉਂਕਿ ਹਰ ਵੀਕ ਮੈਂ ਤੁਹਾਡੇ ਲਈ ਇੱਕ ਵਾਰ ਦਿੰਦਾ ਹਾਂ ਇਹ ਅਨਲਿਸਿਸ ਵਾਈ ਮੀਡੀਆ politcal ਸੈਂਸੈਕਸ ਸੋ ਅੱਜ ਉਹ ਦੋ ਜ਼ਰੂਰ ਦਵਾਂਗਾ ਕਿ ਹੂ ਇਜ਼ ਲੀਡਿੰਗ ਸੋ ਪਿਛਲੇ ਇੱਕ ਹਫਤੇ ਦੇ ਵਿੱਚ ਜਿਹੜੀਆਂ ਜਿਹੜੀਆਂ ਐਕਟੀਵਿਟੀਆਂ ਹੁੰਦੀਆਂ ਨੇ ਉਹ ਸਾਰੀ ਅਸੀਂ ਇਨਪੁਟ ਲੈਨੇ ਆ ਅਲਾਈਐਂਸਿਸ ਕਿਹੜੇ ਬਣ ਰਹੇ ਨੇ ਕਿਹੜੇ بگੜ ਰਹੇ ਨੇ ਕਿਹੜੇ ਵੀਕ ਹੋ ਰਹੇ ਨੇ ਅਲਾਈਐਂਸਿਸ ਕਿਹੜੇ ਸ ਦੂਸਰੀ ਚੀਜ਼ ਅਸੀਂ ਇਹ ਦੇਖਦੇ ਹਗੇ ਆ ਕਿ ਪਾਸਟ ਪਰਫਾਰਮੈਂਸਿਸ ਕਿਦਾਂ ਦੀ ਰਹੀਆਂ 2014 ਚ ਕੀ ਹੋਇਆ 2019 ਦੇ ਵਿੱਚ ਕੀ ਹੋਇਆ ਔਰ ਇਨ ਬਿਟਵੀਨ ਜਿਹੜੇ ਵੀ ਸਟੇਟ ਦੀ ਅਸੀਂ ਇਨਪੁਟ ਲੈਣੇ ਆ ਫਰਸ ਕਰ ਲਓ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ 2012 ਦੀ ਇਲੈਕਸ਼ਨ ਦੇ ਵਿੱਚ ਕੀ ਹੋਇਆ 2017 ਦੀ ਇਲੈਕਸ਼ਨ ਚ ਕੀ ਹੋਇਆ 2022 ਦੀਆਂ ਇਲੈਕਸ਼ਨਸ ਵਿੱਚ ਕੀ ਹੋਇਆ ਸੋ ਕੀ ਅਸਰ ਉਹਨਾਂ ਦਾ ਪਏਗਾ ਇਸ ਤੋਂ ਇਲਾਵਾ ਜੇ ਅਸੀਂ ਹਿੰਦੀ ਹਾਰਟਲੈਂਡ ਦੀ ਗੱਲ ਕਰੀਏ ਰਾਜਸਥਾਨ ਮੱਧ ਪ੍ਰਦੇਸ਼ ਛੱਤੀਸਗੜ ਇਨ ਆ ਏਰੀਆਜ਼ ਦੇ ਵਿੱਚ ਯਾ ਇਵਨ ਗੁਜਰਾਤ ਦੀ ਜੇ ਅਸੀਂ ਇਨਕਲੂਡ ਕਰ ਲਈਏ ਤੇ 2018 ਦੇ ਵਿੱਚ ਰਾਜਸਥਾਨ ਮੱਧ ਪ੍ਰਦੇਸ਼ ਛਤੀਸਗੜ 2018 ਦਿਸੰਬਰ ਦੇ ਵਿੱਚ ਕੀ ਹੋਇਆ ਸੀਗਾ ਔਰ ਫਿਰ ਜਦੋਂ ਨਤੀਜੇ ਆਏ 2023 2023 ਦਿਸੰਬਰ ਦੇ ਵਿੱਚ ਕੀ ਕੁਝ ਹੋਇਆ ਹਾਲਾਂਕਿ ਲੋਕ ਸਭਾ ਇਲੈਕਸ਼ਨਸ ਅਲੱਗ ਨੇ ਔਰ ਵਿਧਾਨ ਸਭਾ ਅਲੱਗ ਨੇ ਅਸੈਂਬਲੀ ਇਲੈਕਸ਼ਨਸ ਔਰ ਜਿਹੜੀਆਂ ਸੈਂਟਰ ਦੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਅਸੀਂ ਥੋੜਾ ਜਿਹਾ ਐਨਲਿਸਿਸ ਜ਼ਰੂਰ ਲੈ ਲੈਣੇ ਆ ਬਟ ਇਹ ਨਹੀਂ ਕਿ ਜੇ ਇੱਕ ਪਾਰਟੀ ਨੇ ਜਿੱਤੀਆਂ ਤਾਂ ਫਿਰ ਦੂਸਰੀ ਵੀ ਉਹੀ ਪਾਰਟੀ ਜਿੱਤੇਗੀ ਲੇਕਿਨ ਕੁਛ ਨਾ ਕੁਛ ਸਾਨੂੰ ਇਨਪੁਟ ਜ਼ਰੂਰ ਮਿਲ ਜਾਂਦੀ ਹੈ ਇਸੋਲਾਵਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਲੋਕਲ ਪੱਤਰਕਾਰ ਨੇ ਜਿਹੜੇ ਗਰਾਸਰੂਟ ਦੇ ਨਾਲ ਜੁੜੇ ਹੋਏ ਨੇ ਫਿਰ ਉਹ ਕਿਸੇ ਵੀ ਅਖਬਾਰ ਦੇ ਨਾਲ ਲਿਖਦੇ ਹੋਣ ਉਹਨਾਂ ਦੇ ਆਰਟੀਕਲ ਜ਼ਰੂਰ ਦੇਖ ਲਈਦੇ ਆ ਕਿ ਉਹਨਾਂ ਦੇ ਆਰਟੀਕਲਸ ਕੀ ਕਹਿ ਰਹੇ ਨੇ ਕੀ ਗੱਲਬਾਤ ਕਰ ਰਹੇ ਆ ਲੋਕਲ ਪੱਤਰਕਾਰਾਂ ਦਾ ਜਿਹੜੇ ਉੱਥੇ ਗਰਾਉਂਡ ਜ਼ੀਰੋ ਤੇ ਕੰਮ ਕਰਦੇ ਆ ਉਹਨਾਂ ਦੀ ਇਨਪੁਟ ਬੜੀ ਜ਼ਰੂਰੀ ਹੈ ਮੇਰੇ ਵਾਸਤੇ ਸੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿਹੜੇ ਗਰਾਉਂਡ ਜ਼ੀਰੋ ਤੇ ਚਾਹੇ ਕੋਈ ਬਿਹਾਰ ਚਾਹੇ ਕੋਈ ਬੰਗਾਲ ਚਾਹੇ ਕੋ ਮੱਧ ਪ੍ਰਦੇਸ਼ ਸੋ ਕੀ ਕਹਿ ਰਹੇ ਨੇ ਕਿਉਂਕਿ ਉਹ ਗਰਾਸਰੂਟ ਦੇ ਨਾਲ ਜੁੜੇ ਹੋਏ ਨੇ ਬਹੁ ਇਸੋ ਲਾਵੇ ਬੜਾ ਜ਼ਰੂਰੀ ਹੈਗਾ ਕਿ ਫਿਰ ਐਨਾਲਿਸਿਸ ਕਰੀਏ ਕਿ ਇਸ ਸਮੇ ਲੋਕਾਂ ਦੀ ਮੰਗ ਕੀ ਹੈ। ਕੀ ਕੋਈ ਐਂਟੀ-ਇੰਕੰਮਬੈਂਸੀ ਵੇਵ ਚੱਲ ਰਹੀ ਹੈ? ਕੀ ਵੇਵ ਕੋਈ ਸਟੈਬਲਿਸ਼ ਹੋਈ ਹੈ ਜਾਂ ਨਹੀਂ ਹੋਈ? ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਇਨਪੁਟਸ ਇਹ ਲੈਣੇ ਆ ਫਿਰ ਜਿਹੜੇ ਸਰਵੇਜ਼ ਆਉਂਦੇ ਨੇ, ਡਿਫਰੈਂਟ ਜਿਹੜੇ ਸਰਵੇਜ਼ ਆਉਂਦੇ ਨੇ ਸੋਨਾਵਲ ਵੀ ਗੌਰ ਕਰ ਲੀਦਾ ਹੈ। ਹਾਲਾਂਕਿ ਜ਼ਰੂਰੀ ਨਹੀਂ ਕਿ ਸਾਡਾ ਵਾਈ ਮੀਡੀਆ ਦਾ ਪੋਲਿਟੀਕਲ ਸੈਂਸੈਕਸ ਡਿਫਰੈਂਟ ਸਰਵੇਜ਼ ਦੇ ਨਾਲ ਮੇਲ ਖਾਏ। ਬਟ ਸਰਵੇਜ਼ ਦੇ ਉੱਤੇ ਨਿਗਾਹ ਮਾਰਨੀ ਵੀ ਬੜੀ ਜ਼ਰੂਰੀ ਹੈ। ਡਿਫਰੈਂਟ ਸੋਫੋਲੋজিস্ট ਕੀ ਕਹਿ ਰਹੇ ਨੇ ਡਿਫਰੈਂਟ ਸਰਵੇ ਕੰਪਨੀਆਂਜ਼ ਕੀ ਕਹਿ ਰਹੀਆਂ ਨੇ ਡਿਫਰੈਂਟ ਸਰਵੇ ਕੰਪਨੀਆਂਜ਼ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉਹ ਇਸ ਵੇਲੇ ਕੀ ਕਹਿ ਰਹੇ ਨੇ ਫਿਰ ਇਹ ਵੀ ਜ਼ਰੂਰ ਦੇਖੀਦਾ ਜਿਹੜੇ ਇੰਡੀਪੈਂਡੈਂਟ ਐਨਾਲਿਸਟਸ ਨੇ ਉਹ ਮੁੱਦੇ ਦੇ ਉੱਤੇ ਕੀ ਕਹਿ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਦੀ ਇਨਪੁਟ ਲੈ ਕੇ ਅਸੀਂ ਤਿਆਰ ਕਰਦੇ ਹਾਂ ਤੁਹਾਡੇ ਵਾਸਤੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਸੋ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕੋਲ ਇੱਕ ਵਾਰ ਮੌਕਾ ਹੁੰਦਾ ਹਫਤੇ ਦੇ ਵਿੱਚ ਉੱਪਰ ਜਾ ਸਕਦਾ ਹੈ ਥੱਲੇ ਜਾ ਸਕਦਾ ਹੈ ਅਸੀਂ ਮੂਵ ਕਰ ਸਕਦੇ ਹਾਂ ਸੋ ਅੱਜ ਮੈਨੂੰ ਮੂਵ ਕਰਾਂਗਾ ਹੋ ਸਕਦਾ ਬ ਹੋ ਸਕਦਾ ਹੈ ਕਿ ਜੋ ਪਿਛਲੇ ਹਫਤੇ ਐ ਸੈਂਸੈਕਸ ਉੱਥੇ ਹੀ ਖੜਾ ਹੋਵੇ ਹੋ ਸਕਦਾ ਹੈ ਕਿ ਕਿਸੇ ਪਾਰਟੀ ਨੂੰ ਉੱਪਰ ਕਰਦੀ ਹੈ ਥੱਲੇ ਕਰਦੀ ਹੈ ਤੁਸੀਂ ਨੋਟ ਕਰਦੇ ਰਹਿਣਾ ਰਿਕਾਰਡ ਤੁਹਾਨੂੰ ਜ਼ਰੂਰ ਦਵਾਂਗੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕੀ ਕਹਿ ਰਿਹਾ ਤੁਹਾਨੂੰ ਰਿਕਾਰਡ ਜ਼ਰੂਰ ਦੇਵਾਂਗੇ ਜਦੋਂ ਇਹੀ ਜਗ੍ਹਾ ਹੋਏਗੀ ਇਹੀ ਸਾਡੇ ਪੈਨਲ ਮੈਂਬਰਸ ਹੋਣਗੇ ਐਜ਼ ਅ ਗਰੁੱਪ ਐਡੀਟਰ ਮੈਂ ਹਾਜ਼ਰ ਹੋਵਾਂਗਾ ਔਰ ਤੁਹਾਨੂੰ ਅਸੀਂ ਰਿਕਾਰਡ ਜ਼ਰੂਰ ਦਵਾਂਗੇ ਕਿ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕੀ ਕਹਿ ਰਿਹਾ ਹੈ ਸਗਾ ਔਰ ਅਸਲ ਦੇ ਵਿੱਚ ਐਗਜ਼ਿਟ ਪੋਲਸ ਕਿੱਥੇ ਖੜੇ ਆ ਔਰ ਨਤੀਜੇ ਜਿਹੜੇ ਆਏ ਨੇ ਰਿਜ਼ वैसे तो पता ही है जस्ट बट जस्ट फॉर आ व्यूअर्स बेनिफिट मैं फिर दोबारा दोहरा दिया कि कोई भी जरा पोल है या कोई भी एग्जिट पोल है चाहे प्री पोल है या एग्जिट पोल है या वाई मीडिया पॉलिटिकल सेंसैक्स है साढ़े बच्चों कोई भी ऐसी ये दावा नहीं कर सकते कि जो असी गल कर रहे ही नतीजा आएगा वरना तो फिर इलैक्शन की कदम जरूरत ही न पे ये सारे द अपने एनैलिस ने अपने तरीके ने सारी गल कर हाँ कई बार ट्रेंड जरूर पता लग कि ट्रेंड किसर जा रहा है और वो भी हंड्रेड परसेंट एकूरेट नहीं होंगे ਫਰੰਡ ਜ਼ਰੂਰ ਆਈਡੀਆ ਹੋ ਜਾਂਦਾ ਹੈ ਜੇ ਅਸੀਂ ਗੱਲ ਕਰੀਏ ਕਿ ਜੇ ਅਸੀਂ ਪਿਛਲੀ ਵਾਰ ਪੰਜਾਬ ਇਲੈਕਸ਼ਨ ਦੀ ਗੱਲ ਕਰ ਰਹੇ ਸੀ ਸਾਨੂੰ ਲੱਗ ਰਿਹਾ ਸੀਗਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਪਰ ਜਿੱਥੇ ਅਸੀਂ ਗੱਲ ਕਰ ਰਹੇ ਸੀਗੇ ਕਿ 60 ਦੇ ਆਸ-ਪਾਸ ਸੀਟਾਂ ਆਉਣਗੀਆਂ ਬਟ ਕਿਆ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ 92 ਸੀਟਸ ਆਣਗੇ ਐਬਸੋਲੂਟਲੀ ਨਾਟ ਜੇ ਮੈਂ ਪਿਛਲੀ ਵਾਰ ਇਲੈਕਸ਼ਨ ਦੀ ਗੱਲ ਕਰਾਂ ਤੇ ਅਸੀਂ 270 ਤੇ ਲਿਆ ਕੇ ਮਾਮਲਾ ਖੜਾ ਕਰ ਦਿੱਤਾ ਸੀ 270 ਤੇ ਔਰ ਮੈਂ ਕਹਿਆ ਸੀ 272 ਹੈ सरकार बन गई बीजेपी जे पी की एन की बट की असी उन्होंने कहा कि तीन सौ का आंकड़ा पार हो जाएगा बिल्कुल नहीं सी असी क्यों दावा करिए कहता तीन सौ बट ट्रेंड पता लग गया सी, कि यस टू सैवनटी मीनस दो सीटा चाहिए जितों मर्जी लै ले लगे दो सीटा सरकार बीजेपी बन गई ए ट्वेंटी नाइन और शुरुआत जो असी तो मैं शुरुआत तकरीबन टू फोर्टी पर कर रहा टू फोर्टी फिफ्टी कर रहा से टू फोर्टी फिफ्टी तो टू सिक्स सिक्सटी तो आए फिर टू सैवनी सिर्फ इलैक्शन शुरू हो मतलब जो सा उस तो दो दिन पहल ਸੋ ਪਿਛਲੀ ਵਾਰ ਦੀ ਗੱਲ ਸੀਗੀ ਸੋ ਅੱਜ ਦਾ ਜਿਹੜਾ ਸਾਡਾ ਪੋਲਿਟੀਕਲ ਸੈਂਸੈਕਸ ਹੈ ਦੋ ਵਾਰ ਅਸੀਂ ਸੈਂਸੈਕਸ ਦੇ ਚੁੱਕੇ ਆ ਵਾਈ ਮੀਡੀਆ ਪੋਲਿਟੀਕਲ ਸੈਂਸੈਕਸ ਉਹਦੇ ਵਿੱਚ ਅਸੀਂ ਜੋ ਸੀਟਸ ਦਿੱਤੀਆਂ ਸੀਗੀਆਂ ਮੈਂ ਦੋਨੋਂ ਵਾਰ ਪੋਲਿਟੀਕਲ ਸੈਂਸੈਕਸ ਜੋ ਅੱਜ ਅਜੇ ਵਰਡਿਕ ਨਹੀਂ ਦਿੱਤੀ ਜੋ ਦੋਨੋਂ ਵਾਰ ਪੋਲਿਟੀਕਲ ਸੈਂਸੈਕਸ ਦੇ ਚੁੱਕਾ ਹੈਗਾ ਡਿਸੰਬਰ 3rd ਵੀਕ ਦਿੱਤਾ ਸੀਗਾ ਔਰ ਡਿਸੰਬਰ 4th ਵੀਕ ਵੀ ਅਸੀਂ ਸੈਂਸੈਕਸ ਦੇ ਚੁੱਕੇ ਹੈਗੇ ਆ ਹੁਣ ਅਸੀਂ ਤੁਹਾਨੂੰ ਲਈ ਜਾਰੀ ਕਰਨ ਜਾ ਰਹੇ ਹੈਗੇ ਆ ਜਨਵਰੀ ਦਾ ਸੈਂਸੈਕਸ ਉਹ ਜਨਵਰੀ 10 ਤੋਂ ਪਹਿਲਾਂ ਪਹਿਲਾਂ ਤੱਕ ਇਹ ਹੋਏਗਾ ਸੋ ਜਨਵਰੀ 10 ਤੋਂ ਪਹਿਲਾਂ ਪਹਿਲਾਂ ਜਿਹੜੀ ਐਕਟੀਵਿਟੀਆਂ ਹੋਈਆਂ ਨੇ ਸੋ ਉਹ ਅਸੀਂ ਜਾਰੀ ਕਰਨ ਜਾ ਰਹੇ ਆ ਜਨਵਰੀ 10 ਤੋਂ ਪਹਿਲਾਂ ਪਹਿਲਾਂ ਦਾ ਇਹ ਪੋਲਿਟੀਕਲ ਸੈਂਸੈਕਸ ਤੁਹਾਡੇ ਲਈ ਆ ਰਿਹਾ ਇਸ ਤੋਂ ਬਾਅਦ ਫਿਰ ਅਗਲਾ ਜਨਵਰੀ 15 ਦੇ ਆਸ-ਪਾਸ ਇੱਕ ਹੋਰ ਜਾਰੀ ਕਰਾਂਗੇ 14 15 ਪਰ ਜਨਵਰੀ ਪਹਿਲਾਂ ਤੋਂ ਪਹਿਲੇ ਹਫਤੇ ਜੋ ਜੋ ਐਕਟੀਵਿਟੀਆਂ ਹੋਈਆਂ ਹਨ ਜਨਵਰੀ 2024 ਦੀਆਂ ਉਹਨਾਂ ਆਧਾਰ ਦੇ ਉੱਤੇ ਸਾਰਾ ਕੁਝ ਕੰਪਾਈਲ ਕਰਕੇ ਅੱਜ ਦਾ ਇਸ ਸੈਂਸੈਕਸ ਮੈਂ ਤੁਹਾਡੇ ਲਈ ਪੇਸ਼ ਕਰ ਰਿਹਾ ਹਾਂ ਸਾਡੇ ਅੱਜ ਦੇ ਵਾਈ ਮੀਡੀਆ ਪੋਲਿਟੀਕਲ ਸੈਂਸੈਕਸ ਤੇ ਔਰ ਮੈਂ ਰੀਜਨਸ ਵੀ ਹੋਣੇ ਤੋਂ ਐਕਸਪਲੇਨ ਕਰਾਂਗਾ ਕਿ ਮੈਂ ਕਿਉਂ ਇਹ ਗੱਲ ਕਰ ਰਿਹਾ ਹੈਗਾ ਸਾਡੇ ਅੱਜ ਦੇ ਵਾਈ ਮੀਡੀਆ ਪੋਲਿਟੀਕਲ ਸੈਂਸੈਕਸ ਦੇ ਵਿੱਚ ਜੋ ਅਸੀਂ ਦੇਖ ਰਹੇ ਹੈਗੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਦੇਖ ਰਹੇ ਹਾਂ ਕਿ ਆਪੋਜੀਸ਼ਨ ਅਲਾਈਐਂਸਸ ਦੇ ਵਿੱਚ ਦਰਾਰਾਂ ਸਾਫ਼ ਨਜ਼ਰ ਆ ਰਹੀਆਂ ਹਨ ਵੀ ਕੈਨ ਕਲੀਅਰਲੀ ਸੀ ਸਮ ਵਿਜ਼ੀਬਲ ਕ੍ਰੈਕਸ ਐਸ ਫਾਰ ਐਸ ਆਪੋਜੀਸ਼ਨ ਅਲਾਈਐਂਸਸ ਕਨਸਰਨ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਰੁਕ ਕਰਾਂਗਾ ਬਿਹਾਰ ਵੱਲ ਬਿਹਾਰ ਦੇ ਵਿੱਚ ਵੀ ਕੀ ਦੇਖ ਰਿਹਾ ਹੈਗਾ ਕਿ ਨਿਤਿਸ਼ ਬਾਬੂ ਜੀ ਸੀਟਸ ਦੇ ਉੱਤੇ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਲਲਨ ਸਿੰਘ ਦਾ ਤੇ ਸਮਝ ਆਂਦਾ ਹੈਗਾ ਕਿ ਠੀਕ ਹੈ ਜੀ ਤੁਸੀਂ ਉਹਨੂੰ ਪਾਰਟੀ ਦਾ ਅਧਿਖਸ਼ ਬਣਾਇਆ ਤੁਸੀਂ ਖੁਦ ਹੀ ਉਹਨੂੰ ਉਤਾਰ ਦਿੱਤਾ ਤੁਹਾਨੂੰ ਲੱਗਾ ਕਿ ਨਿਤਿਸ਼ ਕੁਮਾਰ ਜੀ ਦੀ ਬੱਲੇ ਬੱਲੇ ਨਹੀਂ ਕਰਾ ਰਹੇ ਲਾਲੂ ਪ੍ਰਸਾਦ ਯਾਦਵ ਦੇ ਜ਼ਿਆਦਾ ਕਰੀਬ ਜਾ ਰਹੇ ਸਮਝ ਆ ਗਿਆ ਲੇਕਿਨ ਦਰਬੰਗਾ ਸੀ타ਮਣੀ ਲਗਾਤਾਰ 3-4 ਸੀਟਾਂ ਉੱਥੇ ਐਲਾਨ ਕਰ ਦਿੱਤੀਆਂ ਫਿਰ ਹੋਰ ਨਾਚਰਲ ਪ੍ਰਦੇਸ਼ ਜਾ ਕੇ ਸੀਟ ਐਲਾਨ ਕਰ ਦਿੱਤੀ ਫਿਰ ਇਹ ਵੀ ਕਹਿ ਦਿੱਤਾ ਅਸੀਂ 16 ਸੀਟਾਂ ਕਰਾਂਗੇ ਉਧਰੋਂ ਰਾਹੁਲ ਗਾਂਧੀ ਜੀ ਯਾਤਰਾ ਕਰ ਰਹੇ ਨੇ 14 ਤਰੀਕ ਨੂੰ ਨਿਤਿਸ਼ ਬਾਬੂ ਕਹਿ ਰਹੇ ਜੀ ਕਿ ਅਸੀਂ ਬੰਗਾਲ ਜਾਵਾਂਗੇ ਮਮਤਾ ਬਿਨਰਜੀ ਉਹ ਮਮਤਾ ਬਿਨਰਜੀ ਜਿਨ੍ਹਾਂ ਨੇ ਮਲਿਕਾ ਅਰਜੁਨ ਖਰਗੇ ਦਾ ਨਾਮ ਕਿਹਾ ਸੀਗਾ ਕਿ ਇਹਨਾਂ ਨੂੰ ਤੁਸੀਂ ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਦੋ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਫੌਰਨ ਸਟੈਂਪ ਲਗਾ ਦਿੱਤੀ ਨितीश ਕੁਮਾਰ ਜੀ ਦਾ ਤਾਂ ਨਾਮ ਕਨਵੀਨਰ ਲਈ ਵੀ ਨਹੀਂ ਲਿਆ ਗਿਆ ਜਦੋਂ ਜੂਨ ਦੇ ਵਿੱਚ ਪਹਿਲੀ ਮੀਟਿੰਗ ਹੋਈ ਹੈ ਨितीश बाबू ਨੂੰ ਤਾਂ ਉਸ ਵੇਲੇ ਭਰੋਸਾ ਮਿਲ ਰਿਹਾ ਸੀਗੇ ਜੀ ਮੈਂ ਕਨਵੀਨਰ ਬਣ ਗਿਆ ਫਿਰ ਜੁਲਾਈ ਚ ਅਗਲੀ ਮੀਟਿੰਗ ਹੋਈ ਫਿਰ ਨितीश बाबू ਜੀ ਪਿੱਛੇ ਸੋ ਨितीश ਕੁਮਾਰ ਜੀ ਅੱਜ ਜੋ ਇਸ ਵੇਲੇ ਕਰ ਰਹੇ ਨੇ ਅਪਣੇ ਆਪ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਸੋ ਇਹ ਕੁਛ ਨਾ ਕੁਛ ਸਵਾਲ ਜ਼ਰੂਰ ਖੜੇ ਕਰ ਰਿਹਾ ਹੈ ਮੈਂ ਉਹ ਗੱਲ ਨਹੀਂ ਮੰਨਦਾ ਕੁਝ ਸੈਕਸ਼ਨਸ ਤਾਂ ਕਹਿ ਰਹੇ ਨੇ ਕਿ ਦੁਬਾਰਾ ਐਨਡੀਏ ਚ ਜਾ ਰਹੇ ਨੇ ਭਾਜਪਾ ਨਾਲ ਹੱਥ ਮਲਾਉਣਗੇ 21 ਸਾਲੋਂ ਦਾ ਨਾਲ ਰਹੇ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ ਹਜੇ ਇਹ ਗੱਲ ਉਹਨਾਂ ਨੂੰ ਪਤਾ ਹੈ ਕਿ ਬਿਹਾਰ ਦੇ ਵਿੱਚ 2015 ਦੇ ਵਿੱਚ ਮੈਜੋਰਟੀ ਨਹੀਂ ਸੀ ਉਹਨਾਂ ਕੋਲ ਅਸੈਂਬਲੀ ਇਲੈਕਸ਼ਨ ਦੀ ਗੱਲ ਕਰ ਰਿਹਾ 2020 ਚ ਵੀ ਉਹਨਾਂ ਕੋਲ ਮੈਜੋਰਟੀ ਨਹੀਂ ਸੀਗੀ ਔਰ 2025 ਦੇ ਵਿੱਚ ਵੀ ਨਿਤਿਸ਼ ਬਾਬੂ ਕੋਲ ਮੈਜੋਰਟੀ ਨਹੀਂ ਹੋਏਗੀ ਸੋ ਨਿਤਿਸ਼ ਜੀ ਕਹਿ ਰਹੇ ਨੇ ਕਿ ਜੀ ਪੰਜ ਵਾਰ ਚੀਫ ਮਿਨਿਸਟਰ ਤਾਂ ਹੁਣ ਬਣ ਲਿਆ ਹੈ ਮੈਜੋਰਟੀ ਨਹੀਂ ਵੀ ਹੁੰਦੀ ਫਿਰ ਵੀ ਚੀਫ ਮਿਨਿਸਟਰ ਨਿਤਿਸ਼ ਬਾਬੂ ਜੀ ਹੁੰਦੇ ਨੇ ਉਹ 2025 ਦੀ ਅਗਲੀ ਇਲੈਕਸ਼ਨ ਚ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਜਾਂ ਤੇ ਤੇਜਸ਼ਵੀ ਯਾਦਵ ਬਣਨਗੇ ਜਾਂ ਭਾਜਪਾ ਨੇ ਕਲੀਅਰ ਮੰਨ ਬਣਾ ਲਿਆ ਹੈ ਕਿ ਜੇ ਭਾਜਪਾ ਆਂਦੀ ਹੈ ਪਾਵਰ ਦੇ ਵਿੱਚ ਕਿਉਂਕਿ ਇਕੱਲੇ ਇਲੈਕਸ਼ਨ ਲੜਨੀ ਉਹਨਾਂ ਨੇ ਨਿਤਿਸ਼ ਬਾਬੂ ਜੀ ਜੇ ਐਲਾਈਅੰਸ ਬਣਾ ਵੀ ਲੈਣਗੇ ਤਾਂ ਉਹਨਾਂ ਨੂੰ ਸਾਫ਼ ਕਹਿਤਾ ਜਾਏਗਾ ਕਿ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ ਤੁਹਾਡੀ ਪਾਰਟੀ ਚੋਂ ਡਿਪਟੀ ਚੀਫ ਮਿਨਿਸਟਰ ਤਾਂ ਕੋਈ ਹੋ ਸਕਦਾ ਹੈ ਕਿ ਇੱਕ ਜਾਂ ਦੋ ਡਿਪਟੀ ਚੀਫ ਮਿਨਿਸਟਰ ਬਣਾਦੀ ਹੈ ਪਰ ਚੀਫ ਮ ਜੇ ਬੀਜੇਪੀ ਪਾਵਰ ਚਾਹੁੰਦੀ ਹੈ ਸੋ 2025 ਦੇ ਵਿੱਚ ਤੇ ਇਨੀ ਕੇਸ ਕੁਰਸੀ ਜਾਂਦੀ ਨਜ਼ਰ ਆ ਰਹੀ ਹੈ ਔਰ ਹਜੇ ਤੱਕ ਇੱਕ ਸ਼ਖਸ ਜਿਹਨੇ ਨਾਮ ਨਹੀਂ ਲਿਆ ਹਜੇ ਕਿ ਉਹ ਕੀ ਕਰਨਗੇ ਕੀ ਨਹੀਂ ਕਰਨਗੇ ਬਟ ਮਾਈਂਡ ਯੂ ਦੈਟ ਵਿਲ ਬੀ ਦਾ ਡਾਰਕ ਹORS ਬਿਹਾਰ ਦੀ ਸਿਆਸਤ ਦੇ ਵਿੱਚ ਮੈਂ ਕਨਈਆ ਕੁਮਾਰ ਦੀ ਗੱਲ ਨਹੀਂ ਕਰ ਰਿਹਾ ਮੈਂ ਜਤੈਨ ਮਾਨਜੀ ਦੀ ਗੱਲ ਨਹੀਂ ਕਰ ਰਿਹਾ ਤੇ ਜਸ਼ਵੀ ਯਾਦਵ ਤੇ ਓਪਨਲੀ ਡਿਕਲੇਅਰਡ ਆ ਲਾਲੂ ਪ੍ਰਸਾਦ ਯਾਦਵ ਜੀ ਦੀ ਇੱਛਾ ਹੈ ਹੀ ਆ ਭਈ ਘਰਵਾਲੀ ਕੋ ਬਣਾ دیا tha ਚੀਫ ਮਿਨਿਸਟਰ ਰਾਬੜੀ ਦੇਵੀ ਕੋ ਇਹ ਤਾਂ ਬੇਟਾ ਹੈ ਭਈ ਤੋਂ ਇਹਨਾਂ ਨੂੰ ਤਾਂ ਇੱਛਾ ਹੈ ਹੀ ਉਹਨਾਂ ਦੀ ਤੁਹਾ ਮੈਂ ਜਸ਼ਵੀ ਯਾਦਵ ਦੀ ਗੱਲ ਨਹੀਂ ਕਰ ਰਿਹਾ ਜਿੱਤੇ ਮਨਜੀ ਕਨਈਆ ਕੁਮਾਰ ਨਤੀਸ਼ ਬਾਬੂ ਦੀ ਗੱਲ ਨਹੀਂ ਕਰ ਰਿਹਾ ਬੀਜੇਪੀ ਦੇ ਕਿਸੇ ਬੰਦੇ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਪ੍ਰਸ਼ਾਂਤ ਕਿਸ਼ੋਰ ਦੀ ਇਸ ਵੇਲੇ ਬਿਹਾਰ ਦੇ ਕੋਨੇ-ਕੋਨੇ ਦੇ ਵਿੱਚ ਉਹ ਯਾਤਰਾ ਕਰ ਰਹੇ ਨੇ ਨੈਸ਼ਨਲ ਅੰਬੀਸ਼ਨ ਘਟ ਨਜ਼ਰ ਆ ਰਿਹਾ ਬਿਹਾਰ ਦੇ ਚੀਫ ਮਿਨਿਸਟਰ ਬਣਨ ਦਾ ਮਿਸ਼ਨ ਤੇ ਨਜ਼ਰ ਆ ਰਿਹਾ ਉਹ ਨਾ ਕਹਿਣ ਉਹ ਗੱਲ ਵੱਖਰੀ ਹੈ ਸੋ ਬਿਹਾਰ ਦੀ ਸਿਆਸਤ ਦਾ ਅਸਰ ਨੈਸ਼ਨਲ ਪੋਲਿਟਿਕਸ ਤੇ ਬਹੁਤ ਜ਼ਿਆਦਾ ਹੋਏਗਾ ਐਨਡੀਆ ਨੂੰ ਪਿਛਲੀ ਵਾਰੀ 40 ਦੇ ਵਿੱਚੋਂ 39 ਸੀਟਸ ਮਿਲੀਆਂ ਸੀ 39 ਸੀਟਸ ਆਲਮੋਸਟ ਕਲੀਨ সুইਪ ਸੀਗਾ ਜੇ ਅਸੀਂ ਗੱਲ ਕਰੀਏ 40 ਦੇ ਵਿੱਚੋਂ 40 ਦੇ ਵਿੱਚੋਂ 39 ਸੀਟਸ ਬਿਹਾਰ ਲੇਕਿਨ ਬਿਹਾਰ ਦੇ ਵਿੱਚ ਇਹ ਚੈਲੰਜ ਚੱਲ ਰਿਹਾ ਬੰਗਾਲ ਦੀ ਗੱਲ ਕਰੀਏ ਬੰਗਾਲ ਦੇ ਵਿੱਚ بڑا ਚੈਲੰਜ ਹੈ ਮਮਤਾ ਬੇਨਰਜੀ ਜੀ ਬਿਲਕੁਲ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਕਿ ਐਸੀ ਬੰਗਾਲ ਦੇ ਵਿੱਚੋਂ ਕੋਈ ਵੀ ਸੀਟ ਦੇਣੀ ਹੈ ਕਾਂਗਰਸ ਨੂੰ ਕਹਿੰਦੇ ਆ ਦੋ ਸੀਟਾਂ ਤੁਸੀਂ ਜਿੱਤਿਆ ਸੀ ਠੀਕ ਹੈ ਦੁਬਾਰਾ ਲੈ ਲਓ ਦੋ ਸੀਟਾਂ ਅਦੀਰੰਜਨ ਚੌਧਰੀ ਸਾਹਿਬ ਦੇ ਤਾਂ ਜਿਸ ਤਰ੍ਹਾਂ ਦੇ ਬਿਆਨ ਆਏ ਨੇ ਉਹਨੂੰ ਦੇਖ ਕੇ ਤਾਂ ਲੱਗ ਰਿਹਾ ਹੈ ਕਿ ਬੰਗਾਲ ਦੇ ਵਿੱਚ بڑا ਮੁਸ਼ਕਲ ਮਾਮਲਾ ਨਜ਼ਰ ਆ ਰਿਹਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਮਾਇਆ ਭਤੀਜੀ ਦੇ ਨਾਲ ਗੱਲਬਾਤ ਥੋੜੀ-ਬਹੁਤ ਸ਼ ਬਟ ਮਾਇਆਵਤੀ ਜੀ ਨੇ ਹਜੇ ਕੋਈ ਪੱਕੀ ਗੱਲ ਨਹੀਂ ਕੀਤੀ ਇੱਕ ਸੈਕਸ਼ਨ ਜ਼ਰੂਰ ਕਹਿ ਰਿਹਾ ਹੈ ਕਿ ਫ फेब्रुवारी ਦੇ ਵਿੱਚ ਮਾਇਆਵਤੀ ਜੀ ਜਿਹੜੇ ਨੇ ਆ ਸਕਦੇ ਨੇ ਅਲਾਈਅੰਸ ਦੇ ਵਿੱਚ ਔਰ ਅਲਾਈਅੰਸ ਦੇ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਵੀ ਨੇ ਇੰਡੀਆ ਅਲਾਈਅੰਸ ਦੇ ਵਿੱਚ ਕਿ ਮਾਇਆਵਤੀ ਜੀ ਇਸ ਅਲਾਈਅੰਸ ਸ਼ਾਮਿਲ ਹੋ ਜਾਣ ਸੋਇ ਇੱਕ ਦੇ ਵਾਟ ਕਿਹੜੀ ਪਾਰਟੀ ਹੈ ਸਾਰੇ ਜਾਣਦੇ ਆ ਸਮਾਜਵਾਦੀ ਪਾਰਟੀ ਬਿਲਕੁਲ ਮਾਇਆਵਤੀ ਜੀ ਦਾ ਨਾਮ ਨਹੀਂ ਸੁਣਨਾ ਚਾਹਦੀ ਔਰ ਮੈਂ ਇੱਥੇ ਵੀ ਦੱਸਦਾ ਕਿ ਸਮਾਜਵਾਦੀ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਹੈ 2014 ਚ ਕਿੰਨੀਆਂ ਸੀਟਾਂ ਸੀ ਮਾਇਆਵਤੀ ਜੀ ਦੀਆਂ ਜ਼ੀਰੋ ਖਾਤਾ ਨਹੀਂ ਸੀ ਖੁੱਲਿਆ ਸਮਾਜਵਾਦੀ ਪਾਰਟੀ ਦੀਆਂ ਕਿੰਨੀਆਂ ਸੀਗੀਆਂ 5 2019 ਦੇ ਵਿੱਚ ਜਦੋਂ ਮਹਾਗਠਬੰਧਨ ਬਣਾਇਆ ਗਿਆ ਸਮਾਜਵਾਦੀ ਪਾਰਟੀ ਖੁੱਦ ਤੇ 5 ਸੀਟਾਂ ਦੇ ਰਹਿ ਗਈ ਲੇਕਿਨ BSP 10 ਸੀਟਾਂ ਦੇ ਉੱਤੇ ਆ ਗਈ ਸੀ ਔਰ ਲਾਸ ਹੋਇਆ ਲਗਭਗ 10 ਸੀਟਾਂ ਦਾ BJP ਨੂੰ 2019 ਦੇ ਵਿੱਚ 2014 ਦੀਆਂ ਸੀਟਾਂ ਦੇ ਮੁਕਾਬਲੇ ਸੋ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਦਿੱਕਤ ਕਾਫੀ ਵੱਡੀ ਹੈ ਕਾਂਗਰਸ ਪਾਰਟੀ ਮੰਗ ਕਰ ਰਹੀ ਹੈ 10 ਸੀਟਾਂ ਦੀ 15 ਤੋਂ ਸ਼ੁਰੂ ਕੀਤਾ ਸੀ ਪਹਿਲਾਂ ਕਹਿੰਦੇ ਸੀ 15 ਤੋਂ 20 ਫਿਰ ਵੀ ਵੀ ਨਿਕਲ ਗਿਆ 15 ਤੋਂ ਵੀ ਫਿਰ 15 ਰਹਿ ਗਿਆ ਹੁਣ 10 ਦੀ ਮੰਗ ਕਰ ਰਹੇ ਆ ਅਖਲੇਸ਼ ਯਾਦਵ ਸਾਹਿਬ ਕਹਿ ਰਹੇ ਨੇ ਕਿ ਜਨਾਬ ਇਹ ਗੱਲ ਤਾਂ ਦੱਸੋ ਤੁਸੀਂ ਤੁਹਾਨੂੰ ਦੋ ਸੀਟਾਂ ਦੇ ਰਹੇ ਆ ਮਤਲਬ ਉਹਨਾਂ ਦਾ ਇਹ ਵੀ ਚਲੋ ਜ਼ਿਆਦਾ ਜ਼ਿਆਦਾ ਚਾਰ ਦੇ ਦਾਂਗੇ ਪੰਜ ਸੀਟਾਂ ਵੀ ਅਖਲੇਸ਼ ਯਾਦਵ ਅਜ ਦੇਣ ਲਈ ਤਿਆਰ ਨਹੀਂ ਹੈ ਔਰ ਮਾਇਆਵਤੀ ਜੀ ਨੂੰ ਵੀ ਨਾਲ ਲੈਣ ਲਈ ਤਿਆਰ ਨਹੀਂ ਹੈ ਬਾਕੀ ਕਿੱਥੇ ਜਾਣਗੇ ਲਾਇਸ ਪਾਰਟਨਰਸ ਔਰ ਕਾਂਗਰਸ ਪਾਰਟੀ ਲਈ ਮੇਰਾ ਇੱਕ ਬੜਾ ਅਹਿਮ ਸਵਾਲ ਹੈ ਅੱਗੇ ਪੈਨਲ ਮੈਂਬਰਸ ਰੂਮ ਵਿੱਚ ਮੈਂ ਜ਼ਰੂਰ ਪੁੱਛਾਂਗਾ رائے ਬਰੇਲੀ ਤੱਕ ਤੇ ਤੁਸੀਂ ਅਜ ਤੱਕ ਪੱਕਾ ਨਹੀਂ ਕੀਤਾ ਹੁਣ ਖਬਰ ਆ ਰਹੀ ਹੈ ਕਿ ਜੀ ਹੋ ਸਕਦਾ ਹੈ ਕਿ ਰਾਏ ਬਰੇਲੀ ਤੋਂ ਸੋਨੀਆ ਗਾਂਧੀ ਜੀ ਨਾਲ ਲੜਨ ਔਰ ਤੇਲੰਗਾਨਾ ਨਾ ਚਲੇ ਜਾਣਾ। ਰਾਹੁਲ ਗਾਂਧੀ ਜੀ ਅਮੇਠੀ ਔਰ ਵਾਇਨਾਡ ਤੋਂ ਜਾ ਰਹੇ ਨੇ ਅਮੇਠੀ ਤੁਸੀਂ ਹਾਰ ਗਏ ਹੋ। ਅਮੇਠੀ ਹਾਰ ਗਏ ਹੋ। ਹੁਣ ਰਾਏ ਬਰੇਲੀ ਵੀ ਛੱਡਣ ਦੀ ਗੱਲ ਕਰ ਰਹੇ ਹੋ ਤੁਸੀਂ। ਸਿਰ ਦੇ ਉੱਤੇ ਇਲੈਕਸ਼ਨ ਆ ਗਈ ਹੈ ਇਹ ਪਤਾ ਹੀ ਨਹੀਂ ਹੈ ਕਿ ਰਾਹੁਲ ਗਾਂਧੀ ਜੀ, ਪ੍ਰਿਯੰਕਾ ਗਾਂਧੀ ਜੀ, ਸੋਨੀਆ ਗਾਂਧੀ ਜੀ ਕਿਹਨੇ ਲੜਨਾ ਹੈ ਕਿਹਨੇ ਨਹੀਂ ਲੜਨਾ। ਤੁਹਾਡੇ ਜੇ ਤਾਂ ਤੁਸੀਂ ਲੜਨਾ ਹੈ ਫਿਰ ਤੇ ਆਪ ਜਾ ਕੇ ਕੈਂਪੇਨ ਕਰੋ। ਵਰਨਾ ਅਮੇਠੀ ਹਾਰ ਗਏ ਹੋ ਤੁਸੀਂ ਔਰ ਅੱਜ ਵੀ ਅਮੇਠੀ ਜੋ ਨੰਬਰਸ ਮੈਂ ਦੇਖ ਰਹੇ ਹਾਂ ਲੋਕਲ ਜੋ ਪੱਤਰਕਾਰਾਂ ਤੋਂ ਮੈਨੂੰ ਰਿਪੋਰਟ ਆ ਰਹੀ ਹੈ ਲੋਕਲ ਪੱਤਰਕਾਰ ਕਹਿੰਦੇ ਜੀ ਮੀਠੀ ਦਵਾਰਾ ਹਾਰ ਜਾਣਾ ਇਹਨਾਂ ਨੇ ਔਰ ਲੋਕਲ ਪੱਤਰਕਾਰ ਉੱਤਰ ਪ੍ਰਦੇਸ਼ ਦੇ ਜਿਵੇਂ 6 ਪੜਦੇ ਹੈ 6 ਦੇ ਵਿੱਚੋਂ 4 ਕਹਿ ਰਹੇ ਜੇ ਸੋਨੀਆ ਗਾਂਧੀ ਜੀ ਰਾਇਬਰੀਲੀ ਛੱਡ ਕੇ ਚਲੇ ਗਏ ਰਾਇਬਰੀਲੀ ਵੀ ਹਾਰਨਗੇ ਹਾਂ ਜੇ ਸੋਨੀਆ ਗਾਂਧੀ ਜੀ ਉੱਥੇ ਰਹਿੰਦੇ ਨੇ ਫਿਰ ਉਹਨਾਂ ਨੂੰ ਨਹੀਂ ਹਲਾਇਆ ਜਾ ਸਕਦਾ 90% ਚਾਂਸ ਇਹੀ ਹੈ ਕਿਉਂਕਿ 6 ਦੇ ਵਿੱਚੋਂ ਪੰਦ ਪੱਤਰਕਾਰਾਂ ਦਾ ਕਹਿਣਾ ਹੈ ਕਿ ਸੋਨੀਆ ਗਾਂਧੀ ਜੀ ਲੈ ਜਾਣਗੇ ਰਾਇਬਰੀਲੀ ਠੀਕ ਹੈ ਬਟ ਰਾਇਬਰੀਲੀ ਇਕ ਲੈ ਜਾਣਗੇ ਇੱਕ ਦੋ ਹੋਰ ਸੀਟਾਂ ਤੁਸੀਂ ਲੈ ਜਾਓਗੇ ਕਰੋਗੇ ਕੀ ਤੁਸੀਂ ਉੱਥੋਂ ਤੁਹਾਨੂੰ ਤਾਂ ਚਾਹੀਦਾ ਸੀ ਹੁਣ ਤੱਕ ਘੱਟ ਤੋਂ ਘੱਟ ਜੇ ਉੱਤਰ ਪ੍ਰਦੇਸ਼ ਤੁਸੀਂ 20 ਸੀਟਾਂ ਦਾ ਪਹਿਲਾਂ ਟਾਰਗੇਟ ਰੱਖਿਆ ਸੀ ਹੁਣ ਤੁਸੀਂ 15 ਵੀ ਸੋਚਦੇ ਹੋ ਜਾਂ 10 ਵੀ ਲੜਨੀ ਹੈ ਘੱਟ ਤੋਂ ਘੱਟ 10 ਤੋਂ 15 ਕੈਂਡੀਡੇਟ ਤਾਂ ਤਿਆਰ ਕਰੋ ਜਾ ਕੇ ਕੈਂਪੇਨ ਕਰਨੀ ਸਟਾਰਟ ਕਰਨ ਕਿ ਇੱਥੇ ਤੇ ਸਟਾਰਟ ਕਰਨਾ ਜਾਂ ਆਖਰੀ ਮੌਕੇ ਦੇ ਜੀ ਉਹ ਵਾਰਾਨਸੀ ਜੀ ਬੰਦਾ ਕੋਈ ਨਹੀਂ ਲੱਭਿਆ ਅਜੀਰਾਈ ਨੂੰ ਬੁਲਾਇਆ ਅਜੀਰਾਈ ਸਾਹਿਬ ਖੜੇ ਹੋ ਜਾਓ ਜੀ ਤੁਸੀਂ ਇੱਥੇ ਵਾਰਾਨਸੀ ਦੇ ਵਿੱਚੋਂ ਉਹ ਤਾਂ ਫਿਰ ਕੈਂਡੀਡੇਟ ਖੜੇ ਕਰਨੇ ਆ ਤੇ ਫਿਰ ਜੋ ਮਰਜ਼ੀ ਕਰੀ ਜਾਓ ਫਿਰ ਉਹੀ ਪੂਰ ਪਰਫਾਰਮੈਂਸ ਹੋਗੀ ਇਹ ਇਸ ਕਾਂਗਰਸ ਪਾਰਟੀ ਜੀ ਕਹਿੰਦੀ ਹੈ ਕਿ ਅਸੀਂ ਸੈਕੰਡ ਲਾਰਜ ਅਸੀਂ ਸਭ ਤੋਂ ਵੱਡੀ ਪਾਰਟੀ ਹੈ ਹਾਲਾਂਕਿ ਮੰਦਾ ਕੋਈ ਨਹੀਂ ਮਹਾਰਾਸ਼ਟਰ ਦੇ ਵਿੱਚ ਉਦਵ ਠਾਕਰੇ ਸਾਹਿਬ ਨੇ ਕਹਿਤਾ ਹੈ ਕਿ ਨੈਸ਼ਨਲ ਲੈਵਲ ਦਾ ਸਾਨੂੰ ਪਤਾ ਨਹੀਂ ਮਹਾਰਾਸ਼ਟਰਾਂ ਵਿੱਚ ਹਮ ਸਭ ਤੋਂ ਵੱਡੀ ਪਾਰਟੀ ਹੈ 48 ਸੀਟਸ ਨੇ ਮਹਾਰਾਸ਼ਟਰ ਦੀਆਂ ਕਾਂਗਰਸ ਕਹਿੰਦੀ ਹੈ ਜੀ 48 ਸੀਟਸ ਨੇ 18 ਸਾਨੂੰ ਦੇ ਦਿਓ ਬਾਕੀ 30 ਬਚੀਆਂ 15 ਸ਼ਿਵ ਸੈਨਾ ਕੋਲ 15 ਐਨਸੀਪੀ ਕੋਲ ਉਹ ਕਹਿੰਦੇ ਜੀ ਕੀ ਗੱਲ ਕਰ ਰਹੇ ਹੋ ਉਹ ਕਹਿੰਦੇ ਪਿਛਲੀ ਵਾਰ 23 ਸੀਟਾਂ ਤੇ ਲੜੇ ਸੀਗੇ 16 ਜਿੱਤੀਆਂ ਸੀ ਉਦਵ ਠਾਕਰੇ ਸਾਹਿਬ ਕਹਿੰਦੇ ਦੁਬਾਰਾ 23 ਤੇ ਲੜਾਂਗੇ ਉਹ ਕਹਿੰਦੇ ਤੁਹਾਡੇ 16 ਦੇ ਵਿੱਚੋਂ 13 ਬੰਦੇ ਤਾਂ शिंदे ਗਰੁੱਪ ਕੋਲ ਚਲੇ ਗਏ ਉਹ ਕਹ ਆਤਮਾ ਗਈ ਹੈ ਵਾ ਸੋਲ ਗਈ ਹੈ ਬਾਡੀ ਇਹੀ ਹੈ ਅਸੀਂ ਜਿੱਤਾਂਗੇ ਉੱਥੇ ਅਲੱਗ ਮਹਾਰਾਸ਼ਟਰ ਜਿਹੜੀ ਹੈ ਉਹ ਖਲਬਲੀ ਮਚੀ ਹੋਈ ਹੈ ਉੱਤਰ ਪ੍ਰਦੇਸ਼ ਦੇ ਵਿੱਚ ਜੇ ਕਾਂਗਰਸ ਪਾਰਟੀ 80 ਦੇ ਵਿੱਚੋਂ ਲੜਦੀ 10 ਦੇ 15 ਸੀਟਾਂ ਦੇ ਆ ਫਿਰ ਕਿੱਦਾਂ ਸਟਰੈਂਥ ਰਹੇਗੀ ਉਹਨਾਂ ਦੀ ਘੱਟੋ ਘੱਟ 15 ਸੀਟਾਂ ਦਾ ਨਿਸ਼ਾਨਾ ਬਣਾਓ ਦੂਸਰੀ ਤਰਫ ਬੀਜੇਪੀ ਜਿਹੜੀ ਹੈ ਉਹ ਤੇ ਇਹ ਪਲੈਨਿੰਗ ਉਹਨਾਂ ਦੀ ਤਾਂ ਗੱਲ ਕਰ ਰਿਹਾ ਉਹ 75 ਦਾ ਅੰਕੜਾ ਪਰ ਸਾਡਾ ਅਨਲਿਸਿਸ ਹੈ ਅੱਜ ਵੀ ਇਹ ਕਹਿ ਰਿਹਾ ਕਿ ਕਿਤਨਾ ਕਿਤੇ 55 ਤੋਂ 65 ਸੀਟਸ ਬੀਜੇਪੀ ਲੈ ਜਾ ਸਕਦੀ ਹੈ ਸੋ ਉੱਤਰ ਪ੍ਰਦੇਸ਼ ਦੇ ਵਿੱਚ ਔਰ ਜੇ ਕਾਂਗਰਸ ਸੀਟਾਂ ਨਹੀਂ ਵਧਾ ਰਹੀ ਬੰਗਾਲ ਦੇ ਵਿੱਚ ਸੀਟਾਂ ਨਹੀਂ ਵਧਾ ਰਹੀ ਜੇ ਬਿਹਾਰ ਦੇ ਵਿੱਚ ਸੀਟਾਂ ਨਹੀਂ ਬੜਾਏਗੀ ਮਹਾਰਾਸ਼ਟra ਸੀਟਾਂ ਨਹੀਂ ਬੜਾਏਗੀ ਤਾਂ ਸੀਟਾਂ ਇਨਕਰੀਸ ਕਿਥੋਂ ਆ ਫਿਰ ਤਾਂ 100 ਦਾ ਅੰਕੜਾ ਵੀ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ ਮੇਰੇ ਅੱਜ ਦੇ ਐਨਾਲਿਸਿਸ ਨੇ ਕਿ ਕਾਂਗਰਸ ਪਾਰਟੀ 62 ਤੋਂ 80 ਕਾਂਗਰਸ ਪਾਰਟੀ ਦੇ ਬੜੇ ਸਾਰੇ ਬੰਦੇ ਕਹਿ ਰਹੇ ਜੀ ਅਸੀਂ 200 ਦਾ ਅੰਕੜਾ ਪਾਰ ਕਰ ਰਹੇ ਹਾਂ ਮੈਂ ਤੁਹਾਨੂੰ ਨੰਬਰ ਦੇ ਦਿੱਤਾ ਜੀ ਅੱਜ ਵਾਈ ਮੀਡੀਆ ਪੋਲੀਟੀਕਲ ਸਾਇੰਸ ਸੈਂਸ ਨੋਟ ਕਰ ਲਓ ਅੱਜ ਦਾ ਨੰਬਰ ਮੇਰਾ 62 ਤੋਂ 80 ਹੈ ਕੱਲ ਦੀ ਗੱਲ ਗੱ 60 ਤੋਂ 80 ਨੰਬਰ ਅੱਜ ਅਸੀਂ ਸਿਰਫ 60 ਤੋਂ ਅਸੀਂ ਸੀਟਾਂ ਦੇ ਰਹੇ ਹਾਂ ਜੀ ਅੱਜ ਕਾਂਗਰਸ ਪਾਰਟੀ ਨੂੰ ਭਾਜਪਾ ਦੀਆਂ ਤੁਸੀਂ ਸੀਟਾਂ ਨੋਟ ਕਰ ਲਓ ਪਹਿਲੀ ਵਾਰੀ ਅਸੀਂ ਇਹਨਾਂ ਨੂੰ ਦਿੱਤੀਆਂ ਸੀਗੀਆਂ 250 ਤੋਂ 270 ਉਸ ਤੋਂ ਬਾਅਦ ਪਿਛਲੇ ਸੈਕਸ ਅਸੀਂ ਦਿੱਤੀਆਂ ਸੀਗੀਆਂ 260 ਤੋਂ 280 ਅੱਜ ਅਸੀਂ ਦੇ ਰਹੇ ਹਾਂ 265 ਤੋਂ 285 ਪੰਜ ਸੀਟਾਂ ਹੋਰ ਵਧਾਤੀਆਂ ਅੱਜ ਵੀ ਦੀਆਂ 265 ਤੋਂ 285 ਸੀਟਸ ਦੇ ਰਹੇ ਹਾਂ ਕਿਉਂਕਿ ਅਲਾਈਅੰਸਸ ਨਵਾਂ ਕੋਈ ਨਹੀਂ ਬਣਿਆ ਪਿਛਲੇ ਜਦੋਂ ਦਾ ਸੀ ਪਿਛਲਾ ਪੋਲੀਟੀਕਲ ਸੈਂਸਰਸ ਦਿੱਤਾ ਲਗਭਗ 9 ਦਿਨ ਨਿਕਲ ਗਏ ਨੇ ਪਿਛਲੇ 9 ਦਿਨਾਂ ਚ ਅਲਾਈयंस ਬਣਿਆ ਕੋਈ ਨਹੀਂ ਕ੍ਰੈਕਸ ਜਰੂਰ ਆਉਂਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਨਾਲ ਵੀ ਜੇ ਅੱਜ ਅਲਾਈयंस ਬਣ ਜਾਂਦੇ ਸਟਰੋਂਗ ਹੋ ਜਾਂਦੇ ਤਾਂ ਫਿਰ ਅੱਜ ਸੀਟਾਂ ਮੈਂ ਘਟਾਉਣੀਆਂ ਸੀ ਮੈਂ ਸੋਚ ਕੇ ਆਇਆ ਸੀ ਅਗਲੇ ਸੈਂਸਰਸ ਦੇ ਵਿੱਚ ਬੀਜੇਪੀ ਦੀਆਂ ਸੀਟਾਂ ਜੋ 260 ਤੋਂ 80 ਆ ਮੈਂ 250 ਤੇ ਵਾਪਸ ਲੈ ਜਾਣੀਆਂ ਸੀ ਜੋ ਪਹਿਲੀ ਵਾਰੀ ਦਿੱਤਾ ਸੀ 250 ਤੇ 70 ਪਰ ਅੱਜ ਉਲਟਾ ਕਰਨਾ ਪਿਆ 5 ਵਧਾਉਣੀਆਂ ਪਈਆਂ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਵੀ ਅਲਾਈयंस ਨਹੀਂ ਬਣਿਆ ਪੰਜਾਬ ਦੇ ਵਿੱਚ ਵੀ ਜੇ ਦ ਤੇ 13 ਦੀਆਂ 13 ਸੀਟਾਂ ਤੇ ਕਲੀਨ ਸਵੀਪ ਵੱਜੇ ਨਾ ਵੱਜੇ 10 12 ਸੀਟਾਂ ਮਿਨੀਮਮ ਗਰੰਟੀਡ ਹੈ। ਔਰ ਦਿੱਲੀ ਦੇ ਵਿੱਚ ਵੀ ਫਿਰ ਇਹ 3-4 ਸੀਟਾਂ ਲਿਆ ਜਾ ਸਕਦੇ ਨੇ ਅਸਰ ਅਲਾਈਅੰਸ ਦਾ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਹਿਮਾਚਲ ਹਰਿਆਣਾ ਹਰਿਆਣੇ ਦੇ ਵਿੱਚ ਕੋਈ ਉਲਟ ਫੇਰ ਥੋੜਾ ਬਹੁਤ ਕਰ ਸਕਦੀ ਹੈ ਕਾਂਗਰਸ ਔਰ ਜੇ ਆਮ ਆਦਮੀ ਪਾਰਟੀ ਵੀ ਨਾਲ ਲੱਗ ਜੇ بڑا ਉਲਟ ਫੇਰ ਹੋ ਸਕਦਾ ਉੱਥੇ। ਲੇਕਿਨ ਬੜੀ ਗੱਲ ਇਹ ਆ ਕਿ ਅਲਾਈਅੰਸ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅੰਸ ਜੋ ਅੱਜ ਦੀ ਸਾਡੇ ਕੋਲ ਖਬਰ ਹੈ। ਬਹੁਤ ਦੇਰ ਤੋਂ ਕੇਜਰੀਵਾਲ ਸਾਹਿਬ ਟਾਈਮ ਮੰਗ ਰਹੇ ਸੀਗੇ ਰਾਹੁਲ ਗਾਂਧੀ ਜੀ ਤੋਂ ਰਾਹੁਲ ਗਾਂਧੀ ਜੀ ਨੇ ਅਜ ਤੱਕ ਟਾਈਮ ਨਹੀਂ ਦਿੱਤਾ ਮਿਲਣ ਦਾ ਔਰ ਹੁਣ ਤੇ ਯਾਤਰਾ ਤੇ ਜਾ ਰਹੇ ਨੇ ਇਹਦੀ ਵੀ ਗੱਲ ਕਰਾਂਗੇ ਕਿ ਯਾਤਰਾ ਤੇ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ ਅੱਛਾ ਔਰ ਐਸਾ ਨਾ ਹੋਏ ਕਿ ਉਧਰੋਂ ਕੇਜਰੀਵਾਲ ਸਾਹਿਬ ਟਾਈਮ ਮੰਗਦੇ ਰਹਿ ਜਾਣ ਔਰ ਉਧਰੋਂ ਜੇਲ੍ਹ ਦਾ ਸਮੇਂ ਹੋ ਜਾਏ ਕਿਉਂਕਿ ਉਧਰੋਂ ਈਡੀ ਛਾਪੇ ਮਾਰ ਰਹੀ ਹੈ ਬੜਾ ਕੁਝ ਉਧਰ ਵੀ ਚੱਲ ਰਿਹਾ ਸੋ ਚਾਹੇ ਅਸੀਂ ਪੰਜਾਬ ਦੀ ਗੱਲ ਕਰੀਏ ਦਿੱਲੀ ਦੀ ਗੱਲ ਕਰੀਏ ਉੱਤਰ ਪ੍ਰਦੇਸ਼ ਬੰਗਾਲ ਬਿਹਾਰ ਮਹਾਰਾਸ਼ਟਰ ਥੀਜ਼ ਆਰ ਪ੍ਰਾਇਮਰੀਲੀ ਦਾ ਸਵਿੰਗ ਸਟੇਟਸ ਜਿੱਥੇ ਕਿ ਅਲਾਈਂਸਸ ਮੈਨੂੰ ਬਹੁਤ ਜ਼ਿਆਦਾ ਸਟਰੋਂਗ ਨਜ਼ਰ ਨਹੀਂ ਆ ਰਹੇ ਔਰ ਜਿਸ ਏਰੀਆ ਦੇ ਵਿੱਚ ਸਿੱਧੀ ਟੱਕਰ ਬੀਜੇਪੀ ਔਰ ਕਾਂਗਰਸ ਦੀ ਹੈ ਉਹ ਸੀਟਸ ਦੀ ਜੇ ਮੈਂ ਗੱਲ ਕਰਾਂ ਔਰ ਜਿੱਥੇ ਕਾਂਗਰਸ ਨੇ ਅਲਾਈਂਸਸ ਨਹੀਂ ਬਣਾਣੇ ਜੇ ਮੈਂ ਉਹਨਾਂ ਸਟੇਟਸ ਦੀ ਮੈਂ ਗੱਲ ਕਰਾਂ ਤੇ ਮੈਂ ਇੱਥੇ ਜ਼ਿਕਰ ਕਰ ਸਕਦਾ ਹਾਂ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਲਗਭਗ 250 ਤੋਂ 300 ਸੀਟਾਂ ਉਹ ਹੈਗੀਆਂ ਜਿੱਥੇ ਕਿ ਸਿੱਧੀ ਟੱਕਰ ਵੀ ਹੈ ਜਾਂ ਫਿਰ ਅਲਾਈਂਸਸ ਨੇ ਨਹੀਂ ਬਣਾਇਆ ਉਹ 300 ਸੀਟਾਂ ਹੋਣੋ ਦੇ ਵਿੱਚ ਬੀਜੇਪੀ ਦਾ ਸਟ੍ਰਾਈਕ ਰੇਟ ਬਹੁਤ ਹਾਈ ਹੈ ਕੋਈ 85% ਕਹਿੰਦਾ ਹੈ ਕੋ 90 ਕਹਿੰਦਾ ਹੈ ਕੋ 92% ਕਹਿੰਦਾ ਕੀ ਤਬਦੀਲ ਹੋਇਆ ਗੁਜਰਾਤ ਦੀਆਂ 26 ਦੇ 26 ਸੀਟਾਂ ਜੇ ਕਲੀਨ ਸਵੀਪ ਨਹੀਂ ਬੱਜੇਗੀ ਤਾਂ ਸ਼ਾਇਦ ਇੱਕ ਦੋ ਸੀਟਾਂ ਲੈ ਜਾਣ ਇਸ ਤੋਂ ਜ਼ਿਆਦਾ ਨਹੀਂ ਜੇ ਤੁਸੀਂ ਮੈਨੂੰ ਇਹ ਕਹੋਗੇ ਗੁਜਰਾਤ ਦੀਆਂ 26 ਸੀਟਾਂ ਚੋਂ ਬੀਜੇਪੀ 20 ਲੈ ਰਹੀ ਹੈ ਨਹੀਂ ਸਰ ਇਹ ਤੁਹਾਡਾ ਗਣਿਤ ਗਲਤ ਹੈ ਜੇ ਤੁਸੀਂ ਮੈਨੂੰ ਇਹ ਕਹੋਗੇ ਜੀ ਰਾਜਸਥਾਨ ਦੇ ਵਿੱਚ ਕੋਈ ਦੋ ਚਾਰ ਸੀਟਾਂ ਹਾਰ ਜਾਏਗੀ ਬੀਜੇਪੀ ਹਾਰ ਸਕਦੀ ਹੈ ਪਰ ਤੁਸੀਂ ਮੈਨੂੰ ਕਹੋ ਜੀ 10 ਸੀਟਾਂ ਬੀਜੇਪੀ ਡਾਊਨ ਜਾਏਗੀ ਰਾਜਸਥਾਨ ਦੇ ਵਿੱਚ ਮੈਨੂੰ ਇਹ ਗਣਿਤ ਸਮਝ ਨਹੀਂ ਆ ਰਿਹਾ ਕੀ ਐਸਾ ਕੀ ਹੋ ਰਿਹਾ ਬੜੇ ਸਾਰੇ ਲੋਕ ਕਹਿ ਰਹੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਸ ਵਾਰੀ ਜਿਸ ਅਸੀਂ ਕਾਂਗਰਸ ਨੇ 20 ਸੀਟਾਂ ਲੈ ਜਾਣੀਆਂ ਮੈਂ ਕਹਿੰਦਾ ਜੀ ਤੁਸੀਂ ਕਾਂਗਰਸ ਦੇ ਪੰਜ ਬੰਦੇ ਦੇ ਨਾਮ ਦੱਸੋ ਮੈਨੂੰ ਬੰਦੇ ਕਹਿੰਦੇ ਜੀ ਕਾਂਗਰਸ ਨੇ 20 ਸੀਟਾਂ ਲੈ ਜਾਣੀਆਂ ਉੱਤਰ ਪ੍ਰਦੇਸ਼ ਮੈਂ ਕਹਾਂ ਪੰਜ ਬੰਦੇ ਦੇ ਨਾਮ ਤਾਂ ਦੱਸੋ ਕਿ ਆਹ ਪੰਜ ਬੰਦੇ ਐਕਟਿਵ ਨੇ ਹਜੇ ਕੈਂਡੀਡੇਟ ਨਹੀਂ ਡਿਕਲੇਅਰ ਹੋਏ ਪਰ ਪੰਜ ਬੰਦੇ ਐਕਟਿਵ ਨੇ ਜੀ ਉੱਤਰ ਪ੍ਰਦੇਸ਼ ਦੇ ਨਾਮ ਦੱਸੋ ਮੈਨੂੰ ਕਾਂਗਰਸ ਦੇ ਆਹ ਪੰਜ ਬੰਦੇ ਐਕਟਿਵ ਨੇ ਦੇਖੋ ਸਹੀ ਲੜਾਈ ਕਿੱਥੇ ਹੋ ਰਹੀ ਹੈ ਉੱਥੇ ਰਾਮ ਮੰਦਰ ਬਣ ਰਿਹਾ ਸੋ ਕ ਬਹੁਤ ਤੇਜ਼ੀ ਨਾਲ ਇਲੈਕਸ਼ਨ ਪਾਣਾ ਪਏਗਾ ਔਰ ਮੇਰੀ ਜ਼ਾਤੀ ਤੌਰ ਤੇ رائے ਹੈ ਹਜੇ ਮੈਂ ਰਾਈਟ ਅਵੇ ਕਮੈਂਡ ਨਹੀਂ ਕਰਨਾ ਚਾਹੁੰਦਾ ਮੈਂ ਬਹੁਤ ਚੀਜ਼ਾਂ ਦੇਖਣਾ ਚਾਹਨਾ ਹੈ ਬੰਗਾਲ ਦੇ ਵਿੱਚ ਜਦੋਂ ਭਾਰਤ ਜੁੜੋ ਨਿਆਇ ਯਾਤਰਾ ਪਹੁੰਚੇਗੀ ਕੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਲੈਫਟ ਫਰੰਟ ਆਉਂਦਾ ਹੈ ਜਦੋਂ ਇਹ ਉੱਤਰ ਪ੍ਰਦੇਸ਼ ਦੇ ਵਿੱਚ ਪਹੁੰਚੀ ਹੈ अखिलेश यादव ਜੀ ਮਾਇਆਵਤੀ ਜੀ ਕੌਣ ਨਾਲ ਇਹਨਾਂ ਦੇ ਜੁੜਦਾ ਮੈਂ ਉਹ ਦੇਖਣਾ ਚਾਹਨਾ ਹੈ ਜਦੋਂ ਮਹਾਰਾਸ਼ਟਰ ਦੇ ਵਿੱਚ ਪਹੁੰਚੇਗੀ ਕੌਣ ਜੁੜਦਾ ਹੈ ਜਦੋਂ ਬਿਹਾਰ ਦੇ ਵਿੱਚ ਇਹ ਯਾਤਰਾ ਪਹੁੰਚੇਗੀ ਕੌਣ ਜੁੜਦਾ ਹੈ ਇਹਨਾਂ ਦੇ ਨਾਲ ਇਹ ਮੈਂ ਦੇਖਣਾ ਚਾਹਨਾ ਹੈ ਲੇਕਿਨ ਇਫ ਸਟਾਰਟ ਇਸ ਐਨੀ ਇੰਡੀਕੇਟਰ ਮੈਨੂੰ ਦਿੱਕਤਾ ਨਜ਼ਰ ਆ ਰਹੀ ਹੈ ਕਾਰਨ ਕੀ ਹੈ ਪਹਿਲਾ ਯਾਤਰਾ ਦਾ ਨਾਮ ਸੀਗਾ ਭਾਰਤ ਨਿਯਾਏ ਯਾਤਰਾ ਫਿਰ ਅਨ ਵਰਡ ਬੋਰਡ ਜੋੜ ਦਿੱਤਾ ਵਿੱਚ ਜੋੜੋ ਭਾਰਤ ਜੋੜੋ ਯਾਤਰਾ ਦੀ ਪ੍ਰੈਸ ਕਾਨਫਰੰਸ ਹੋਈ ਕਿੰਨੇ ਬੰਦੇ ਆਏ ਤਿੰਨ ਕੋਈ ਸਾਡਾ ਦਰਸ਼ਕ ਸਾਡਾ ਪੈਨਲ ਮੈਂਬਰ ਉਹਨਾਂ ਤਿੰਨਾਂ ਦੇ ਨਾਮ ਦੱਸ ਦੇ ਵਿੱਚ ਮਲਿਕ ਅਰਜੁਨ ਖਰਗੇ ਦਾ ਤਾਂ ਮੈਨੂੰ ਪਤਾ ਹੈ ਜੇ ਦੇਖੋ ਮੰਦਰ ਜਨਵਰੀ ਦੇ ਵਿੱਚ ਬਣਨਾ ਹੈ 2 ਜਨਵਰੀ ਨੂੰ ਔਰ ਸਾਰਾ ਨਵੰਬਰ ডিসেম্বর 2023 মন্দির বন رہا মন্দির বন رہا मोदी जी चले गए वीडियोस दिखाते ऐसे ਤੁਹਾਨੂੰ ਕਿੰਨਾ ਕੁਝ ਦਿਖਾ ਦਿੱਤਾ ਸਾਰਾ ਉਹਦੇ ਚ ਨਿਕਲ ਗਿਆ ਜਨਵਰੀ ਵੀ ਉਹਦੇ ਚ ਨਿਕਲ ਜਾਣਾ ਔਰ ਮੈਨੂੰ ਲੱਗ ਰਿਹਾ ਅੱਧਾ ਫ फेब्रुवारी ਵੀ ਉਹਦੇ ਚ ਨਿਕਲ ਜਾਣਾ ਇਲੈਕਸ਼ਨ ਦੇ ਵਿੱਚ ਵੀ ਰਾਮ ਮੰਦਰ ਦੀ ਗੱਲ ਹੋਣੀ ਹੈ ਰਾਮ ਮੰਦਰ ਇੱਕ ਬਣਨਾ ਹੈ ਉਹਨਾਂ ਨੇ 4 ਮਹੀਨੇ ਰਾਮ ਮੰਦਰ ਰਾਮ ਮੰਦਰ ਦਾ سلسلہ ਛੇੜਿਆ ਹੋਇਆ ਔਰ ਇਧਰ ਜਿਸੀ ਕਾਂਗਰਸ ਦੀ ਗੱਲ ਕਰੀਏ ਤੁਸੀਂ ਐਲਾਨ ਕਰ ਰਹੇ ਹੋ ਲੋਗੋ ਕੱਢ ਰਹੇ ਹੋ ਭਾਰਤ ਜੜੋ ਨਿਆਯ ਯਾਤਰਾ ਤੁਸੀਂ ਬੁਲਾਓ ਸਭ ਨੂੰ ਕੁਈ 안ਦਾ ਨਹੀਂ 안ਦਾ ਵੱਡੀ ਗੱਲ ਹੈ ਇੱਕ ਵੇਵ ਬਣਾਓ ਪ੍ਰੈਸ ਕੋਨਫਰੈਂਸ ਅਸੀਂ ਤਾਂ ਮੀਡੀਆ 'ਚ ਸਾਨੂੰ ਪਤਾ ਲੱਗ ਜਾਂਦੀ ਹੈ ਪ੍ਰੈਸ ਕਾਨਫਰੈਂਸ ਅਸੀਂ ਦੇਖ ਵੀ ਲੈਂਦੇ ਆ ਐਨਾਲਿਸਿਸ ਵੀ ਕਰਕੇ ਮੀਡੀਆ 'ਚ ਅਸੀਂ ਇੱਥੇ ਚਲਾ ਵੀ ਦਿੱਤੀ ਅਸੀਂ ਪ੍ਰੈਸ ਕਾਨਫਰੈਂਸ ਚੈਨਲ ਵਾਈ ਤੇ ਵੀ ਚਲਾ ਦਿੱਤੀ ਬਟ ਕੋਈ ਵੇਵ ਕੋਈ ਕੁਝ ਕੀ ਕਰ ਰਹੇ ਹੋ ਤੁਸੀਂ ਬਟ ਲੀਡਰਸ ਇਕੱਠੇ ਕਰਦੇ ਸੋ ਇਹ ਅਹਿਮ ਸਵਾਲ ਜਿਹੜੇ ਨੇ ਉਹ ਜਾਰੀ ਨੇ ਸੋ ਅੱਜ ਦਾ ਸਾਡਾ ਵਾਈ ਮੀਡੀਆ ਪੋਲਿਟੀਕਲ ਸੈਂਸ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ 60 ਤੋਂ ਅਸੀਂ ਸੀਟਾਂ ਸੀ ਕਾਂਗਰਸ ਨੂੰ ਦੇ ਰਹੇ ਆ ਐਸੋ ਮੈਂ ਔਰ 100 ਮੈਂ ਜੋ ਹੁਣੇ ਰਿਵਾਈਜ਼ ਕੀਤੇ ਹੈਗੇ ਜਿਹੜੇ ਹੁਣੇ-ਹੁਣੇ ਨੰਬਰ ਉਹ ਤੁਹਾਨੂੰ ਦੁਬਾਰਾ ਦੱਸ ਦਿੰਨੇ ਆ 165 ਤੋਂ 185 ਅਸੀਂ ਅੱਜ ਬੀਜੇਪੀ ਨੂੰ 165 ਤੋਂ 185 ਸੀਟਾਂ ਦੇ ਰਹੇ ਆ ਔਰ ਜਿਹਦੀ ਬਦੌਲਤ ਅੱਜ ਇਹ ਸਾਡਾ ਤੀਸਰੀ ਵਾਰ ਪੋਲੀਟੀਕਲ ਸੈਂਸਸ ਨੰਬਰ ਅਸੀਂ ਦਿੱਤੇ ਨੇ ਜਨਵਰੀ दस तो पहल पहला एक्टिविटी से नंबर देते ज, दे हैं ज जनवरी फिर पंद्रह के आसपास फिर दसागे कितने नंबर खड़े ने तद तक काफ़ी चीज़ा होर शुरू हो जाएंगी और जनवरी पंद्रह का सिगनीफिकेंस इसलिए क्योंकि राम मंदिर के बहुत करीब पहुंच जाव भारत जोड़ो नया यात्रा शुरू हो चुकी होगी उस समय मणपुरुर में असर है सूँ थोड़ा जाता भी पता लगेगा अलायंसिस बारे होर जानकारी मिल जाएगी उस वेल्ले तक और जनवरी फिफ्टींथ डेडलाइन रखी जा रही है किसीट शेयरिंग हो जाएगी जनवरी ट्वेंटी भी वैसे ਕੁਝ ਡੇਟਸ ਆ ਰਹੀਆਂ ਨੇ ਬਟ ਅਸੀਂ ਸੀਟ ਸ਼ੇਅਰਿੰਗ ਦੇ ਵੀ ਕਾਫੀ ਕਰੀਬ ਹੋਵਾਂਗੇ ਮੇਰਾ ਮੰਨਣਾ ਹੈ ਕਿ ਅਲਾਈਅੰਸ ਲਈ ਨੰਬਰ 1 ਇਸ਼ੂ ਸੀਟ ਸ਼ੇਅਰਿੰਗ ਦਾ ਹੈ ਜੋ ਸੋਲਵ ਨਹੀਂ ਕਰ ਸਕੇ ਪਹਿਲਾਂ ਨਵੰਬਰ ਐਂਡ ਤੱਕ ਸੋਲਵ ਹੋਣਾ ਸੀ ਫਿਰ ਦਸੰਬਰ 15 ਦੀ ਡੇਟ ਆਈ ਫਿਰ 31 ਦਸੰਬਰ ਤੱਕ ਜੀ ਸੀਟ ਸ਼ੇਅਰਿੰਗ ਪੱਕਾ ਹੋ ਜਾਏਗੀ ਇਹ ਮੇਨ ਟਾਰਗੇਟ ਆ 31 ਦਸੰਬਰ ਵੀ ਆਈ ਔਰ ਚਲੀ ਗਈ ਸੋ ਸੀਟ ਸ਼ੇਅਰਿੰਗ ਮੈਨੂੰ ਉਮੀਦ ਆ ਕਿ ਹੁਣ ਇਹਨਾਂ ਨੂੰ ਕਰ ਲੈਣੀ ਚਾਹੀਦੀ ਆ ਸਪੋਕਸ ਪਰਸਨ ਕੋਈ ਨਹੀਂ ਹੈ ਨਾ ਕੋਲ ਸਪੋਕਸ ਪਰਸਨ ਜ਼ਰੂਰ ਅਨਾਉਂਸ ਕਰੋ ਤਾਂ ਕਿ ਉਹੀ ਬੰਦੇ ਬਾਹਰ ਜਾ ਕੇ ਅ ਅਲਾਈਅੰਸ ਦੇ ਬ ਸਪੋਕਸਪਰਸਨ ਇਹ ਬਣਾਉਣ ਇਹ ਬੜਾ ਜ਼ਿਆਦਾ ਇਹਨਾਂ ਵਾਸਤੇ ਜ਼ਰੂਰੀ ਹੈ ਤਾਂ ਹੀ ਆਪੋਜੀਸ਼ਨ ਅਲਾਈਸ ਜਿਹੜਾ ਇਕੱਠਾ ਰਹੇਗਾ ਔਰ ਜਿਹੜੀਆਂ ਪਾਰਟੀਆਂ ਕਿਸੇ ਵੀ ਅਲਾਈਸ ਵਿੱਚ ਸ਼ਾਮਿਲ ਨਹੀਂ ਹੈ ਜਿਸ ਤਰ੍ਹਾਂ ਉੜੀਸਾ ਦੀ ਗੱਲ ਕਰੀਏ ਪਟਨਾਇਕ ਸਾਹਿਬ ਕਿਸੇ ਅਲਾਈਸ ਦੇ ਵਿੱਚ ਇਸ ਵੇਲੇ ਸ਼ਾਮਿਲ ਨਹੀਂ ਹੈ ਆਂਧਰਾ ਪ੍ਰਦੇਸ਼ ਦੀਆਂ ਦੋਨੋਂ ਮੇਨ ਪਾਰਟੀਆਂ ਜੇ ਅਸੀਂ ਗੱਲ ਕਰੀਏ ਨਾ ਤੇਲਗੂ ਦੇਸ਼ਮ ਕਿਸੇ ਅਲਾਈਸ ਸ਼ਾਮਿਲ ਹੈ ਨਾ ਵਾਈਐਸਆਰ ਰੈਡੀ ਸਾਹਿਬ ਕਿਸੇ ਔਰ ਰੈਡੀ ਸਾਹਿਬ ਕੋਲ ਪੋਜੀਸ਼ਨ ਸਟਰੋਂਗ ਹੈ ਐਸ ਵੇਲੇ ਆਂਧਰਾ ਪ੍ਰਦੇਸ਼ ਦੇ ਵਿੱਚ ਉਹ ਵੀ ਹਜੇ ਕਿਸੇ ਅਲਾਈਸ ਦੇ ਵਿੱਚ ਇਸ ਵੇਲੇ ਸ਼ਾਮਿਲ ਨਹੀਂ ਹੈ ਸੋ ਜਿਹੜੀਆਂ ਪਾਰਟੀਆਂ ਕਿਸੇ ਵੀ ਅਲਾਈ ਸੋ ਉਹ ਕਿਸ ਤਰਫ ਜਾਣ ਗਿਆ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਸੋ ਅੱਜ ਦਾ ਇਹੀ ਸਾਡਾ ਵਾਈ ਮੀਡੀਆ ਪੋਲਿਟੀਕਲ ਸੈਂਸੈਕਸ ਹੈ ਵਾਈ ਮੀਡੀਆ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਲਗਾਤਾਰ ਅਸੀਂ ਵਾਈ ਮੀਡੀਆ ਪੋਲਿਟੀਕਲ ਸੈਂਸੈਕਸ ਦੇ ਉੱਤੇ ਤੁਹਾਨੂੰ ਅਪਡੇਟ ਕਰਦੇ ਰਾਵਾਂਗੇ ਆਉਣ ਵਾਲੇ ਫਿਰ ਪੰਜ 6 ਦਿਨਾਂ ਚ ਹਾਜ਼ਰ ਹੋਵਾਂਗੇ ਵਾਈ ਮੀਡੀਆ ਪੋਲਿਟੀਕਲ ਸੈਂਸੈਕਸ ਲੈ ਕੇ ਜਿਹੜੀ ਪੂਰੀ ਰਿਪੋਰਟ ਤੁਹਾਡੇ ਲਈ ਅਸੀਂ ਹਾਜ਼ਰ ਕਰਾਂਗੇ ਕੀ ਕਹਿ ਰਿਹਾ ਵਾਈ ਮੀਡੀਆ ਪੋਲਿਟੀਕਲ ਸੈਂਸੈਕਸ ਦ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ